हाँ भी मित्रों सत श्री अकाल है। मैं हो गया थोड़ा लेट, मैं चलें अच्छ फोकलिफ्ट का लाइसेंस बना तो बस अभी से तेई तो मैं तेई तक खड़े पता नहीं आऊगी कि बस लंघ गई, नहीं पता रोटी रोटी खाने टाइम लग गया। अज आ गया साढ़े गुड फ्राइडे छुट्टी से कम तो मैं चल फोकलिफ्ट का लाइसेंस बना आइए। तो तुम दसदा फिर भी उत्थे की कराते हैं, किन्नी फीस है सारा जो थोड़ा छोटा जि बनावे ब्लॉग, बड़ा बड़ा नहीं बनाते क्योंकि उत्थे ट्रेनिंग करते मतलब वीडियो तो नहीं बना देते हो। सो मिली देखी जाए फिर है की बनता है। हाले तो पहली गल तो मैं पहला पहला लेट हो गया, मैं स्टार्टिंग ही लेट हो गया, मैंने नहीं पता बस आऊगी कि नहीं आऊगी, मैनू लगता लंघ गई यार। चलो फिर है सत श्री अकाल। बस लंघ ही गई, मैं लगता एक मिनट पहला लंघ ही होनी, घर तो बहर की सी वह तो परने परने लेट कराते, मैं चल तैयार जा हो लिए। सो बहुत सोहनी शुरुआत करते हुए दिन की, पहली बस लंघा चुके हूँ अपन 10-15 मिनट तुर के जाना, उस बाद अद्धा पौना घंटा होर एक्सट्रा लग जूगा। तो 11:30 होए पे ने, 11:30-12 पता नहीं कदों पहुँचू, कदों मेरी क्लासा लगन, कदों मैं मुड़ के आऊँगा। 8 बजे तक का टाइम है, 7:30 घंटे की क्लास होगी, वह भी नहीं पूरी लगनी। सो देखता भी की बनता, मैं कढ़ने किमें लाइसेंस देने, कितनी तरीक पाते हैं उत्ते सारा कुछ देखते हैं। हम तो भज लो फिर होर की है, औखा हो गया काम, लेट हो गया बाबे इधरों भी मेरी बस लेट होगी, मेरे ना मैं अभी मिस कर लेनी। पा चलो मिलखा सिंह बन जाना, मिलखा सिंह मिलखा आए छोटी मैं। चलो मैं हाँ भी बस मिल गई, तो मास्क बच्चे रौला पा के बह गया, कहना मास्क ला मैं लाऊंगा नहीं, ज्यादातर बस के पकड़ लाना पै गया सड़ा जहा मास्क। तो देखो हूँ किन्ने बजे पहुँचता मैं, 12 बज गए, बाकी दस दिन किन्ने बजे पहुँचता मैं, 500 बस लई है मैं विजिटर वाले जा रहा। ਮਿਸੀ ਸਾਗਾ ਜਾਣਾ ਇੱਥੇ ਆਉਂਦੀ ਆਉਂਦਾ ਹੈਗਾ ਕਈ ਵਾਰ, ਮਤਲਬ ਜਿਵੇਂ ਸਕਿਉਰਟੀ ਦਾ ਕਲਾਸ ਲਾਉਣ ਆਇਆ ਸੀਗਾ ਉਹ ਵੀ ਦੱਸੂੰ, ਇੱਕ ਮੈਂ ਵੀਡੀਓ ਸਪੈਸ਼ਲ ਬਣਾ ਦੂੰ ਸਕਿਉਰਟੀ ਵਾਲੀ ਵੀ ਕਿਵੇਂ ਲਾਇਸੈਂਸ ਅਪਲਾਈ ਕੀਤਾ। ਅਤੇ ਉਦੋਂ ਵੀ ਮਾਂ ਗੁਰਦੁਆਰੇ ਕੋਲੋਂ ਲੰਘਿਆ ਸੀਗਾ ਅਤੇ ਸਿੱਧ ਲਿਆਉਣਾ ਆਇਆ ਸੀ, ਸਿੱਧ ਵੀ ਇੱਥੋਂ ਲੈ ਕੇ ਗਿਆ ਸੀਗਾ, ਹੁਣ ਫੋਕ ਲਿਫਟ ਬਣਾਉਣ ਚੱਲਿਆ ਤਾਂ ਵੀ ਇੱਥੋਂ ਲੈ ਕੇ ਚੱਲਿਆ। ਅੰਦਰ ਮੈਂ ਜਾ ਨਹੀਂ ਸਕਦਾ ਵੀ ਮੇਰਾ ਸਟੋਪ ਆ ਉਰੇ ਹੈਗਾ, ਬਸ ਆਉਣ ਵਾਲੀ ਆ, ਜੇ ਮੈਂ ਅੰਦਰ ਵਾ ਗਿਆ ਬੱਸ ਲੰਘ ਜਾਣੀ। ਅਤੇ ਬਸ ਵੀ ਮੈਂ ਡਰਾਮਾ ਕਰ ਲਿਆ, ਸਨੈਪ ਖਿੱਚੀ, ਕੈਪਸ਼ਨ ਜਿਹਾ ਲਿਖਤਾ, ਡਰਾਮਾ ਜਿਹਾ ਕਰ ਲਿਆ, ਠੀਕ ਹੈ ਨਾ। ਆਹ ਟਾਈਮ ਆ ਹੁਣ ਗੁਰਦੁਆਰੇ ਜਾਣ ਜੋਗਾ ਵੀ ਨਹੀਂ ਹੈਗਾ ਹੁਣ, ਮੈਂ ਉਹੀ ਆ ਕਹਿੰਦਾ ਕਹਿੰਦਾ ਮਰਜ਼ੀ ਦੇ ਮਾਲਕ ਨੂੰ, ਕਹਿੰਦਾ ਰੋਟੀ ਵੀ ਬ੍ਰੇਕਾਂ ਦੇ ਹਿਸਾਬ ਨਾਲ ਖਾਂਦੇ ਨੇ। ਦਿਸ ਇਜ਼ ਕੈਨੇਡਾ ਵਡਿਊਜ਼। ਹਾਂ ਵੀ ਮਿੱਤਰੋ ਮੈਂ ਮਿਸੀ ਸਾਗਾ ਪਹੁੰਚ ਗਿਆ ਅਤੇ ਉਹ ਲੋਕੇਸ਼ਨ 'ਤੇ ਪਹੁੰਚਣਾ ਫੋਕ ਲਿਫਟ ਵਾਲਿਆਂ ਦੇ, ਮੇਰੇ ਨਾਲ 'ਚ ਕਲੋੜ ਬਹੁਤ ਹੋਈ ਅੱਜ, ਮੈਂ ਗੁਰਦੁਆਰੇ ਦੇ ਦੱਸੇ ਨਹੀਂ ਸਟੋਪ 'ਤੇ, ਸਟੋਪ ਦੂਜਾ ਸੀ ਬੈਠਾ ਦੂਜੇ 'ਤੇ ਰਿਹਾ, ਬੱਸ ਲੰਘ ਗਈ, 20 ਮਿੰਟ ਪਹਿਲਾਂ ਕੀਤਾ ਵੇਟ, 20 ਮਿੰਟ ਫੇਰ ਕੀਤਾ, 25 ਮਿੰਟ ਘੰਟਾ ਬੈਠਾ ਰਿਹਾ, ਘੰਟਾ ਖਰਾਬ ਕਰਕੇ ਆਇਆ ਅਤੇ ਲਗਭਗ 1 ਵੱਜ ਗਿਆ, 1:15-1:20 'ਤੇ ਪਹੁੰਚਗਾ ਮੈਂ, ਅਤੇ ਮੈਂ ਘਰੋਂ ਚੱਲਿਆ ਸੀਗਾ 11:15 ਵਜੇ। ਸੋ ਜਿਹਨੀ ਛੇਤੀ ਗੱਡੀ ਹੁੰਦੀ ਆ ਵੀ ਗੱਡੀ ਲੈ ਲਓ ਆ ਕੇ, ਆਹ ਬੱਸਾਂ ਦਾ ਬਈ 3-3 ਘੰਟੇ ਖਰਾਬ ਹੁੰਦੇ ਆ, ਇੰਨੇ 'ਚ ਬੰਦਾ ਕੰਮ ਨਿਬੇੜ ਕੇ ਮੁੜ ਜਾਵੇ, ਇੰਨੇ 'ਚ ਬੱਸ ਨਹੀਂ ਹੁੰਦੀ, ਦੇਖ ਲਓ ਧੱਕੇ ਖਾਂਦੇ ਹਨ। ਲਓ ਜੀ ਪਹੁੰਚ ਗਏ ਵਿਜ਼ਡਮ ਵਾਲੇ, ਹੈ ਪਹੁੰਚ ਗਏ ਆਪਾਂ ਇੱਥੇ ਬਾਈ। ਅਤੇ ਬਾਈ ਹੁਣੀ ਕਹਿੰਦੇ ਪਹਿਲਾਂ ਵੀਡੀਓ ਦੇਖਣੀ ਪਊਗੀ, ਕਲਾਸਰੂਮ ਆ। ਸੋ ਦੇਖਦੇ ਫਿਰ ਕੀ ਸਿਖਾਉਂਦੇ ਆ, ਹੈ ਮਿਲਦੇ ਹਾਂ ਯਾਰ ਨਾਲ ਨਾਲ, ਦੇਖੀ ਜਾਇਓ ਫੋਕਲੇਟ ਸਿਖਾਉਂਦੇ ਆ। Thank you.
ਡਾ ਕੰਮ ਆ ਮੇਰੇ ਵੀਰੋ ਕਾਲ ਡਾ ਕੰਮ ਅੱਜ ਤਾਂ ਮਸ਼ੇਕੀ ਜਾਵਾਂਗੇ ਦੋ ਤਿੰਨ ਮਸ਼ੀਨਾਂ ਤਾਂ ਜਿਹੜੇ ਦੇ ਤੇ ਆਹ ਰਹਿ ਗਈਆਂ ਹੁਣ ਆਹ ਚੱਲਦੇ ਰੀਚ ਜਾਂ ਪੈਂਦੇ ਆ ਪੜਾ ਕੇ ਆਹ ਇੱਧਰ ਅੱਗ ਤੋ ਵੀ ਮਿੱਤਰੋ ਬਹੁਤ ਵਧੀਆ ਗੇੜੇ ਦਿੱਤੇ ਅਸੀਂ ਆਹ ਚਾਰ ਪੰਜ ਮਸ਼ੀਨਾਂ 'ਚ ਸਾਰੇ ਦੇ ਗੇੜੇ ਦੇ ਆਇਆ ਮੈਂ ਆਖਾ ਬੱਦਰੀ ਪੜਾਈ ਮੈਂ ਆਖਾ ਠੋਕੇ ਠੋਕੇ ਵਧੀਆ ਨਾ ਵੀ ਮਿੱਤਰੋ ਲਾਇਸੈਂਸ ਬਣ ਗਿਆ ਇਹਦੇ ਲਾਇਸੈਂਸ ਫੋਟੋ ਫੋਟੋ ਹੋਈ ਹੈ ਪੰਜ ਸਿੱਖਲੀਆਂ ਆਪਣਾ ਲੱਗਾ $280 ਬਈ ਪ੍ਰੋਪਰ ਤਾਂ 100 ਹੁੰਦਾ ਗਾ ਪ੍ਰੋਪਰ ਸਾਰਾ ਵਿੱਚ ਟੈਕਸ ਟੁਕਸ ਪਾ ਕੇ $280 ਲਏ ਨੇ ਸੋ ਆਪਣੇ ਸਾਰੇ ਪੰਜ ਹੋ ਗਏ ਚਲੋ ਵੀ ਕਿੰਨੇ ਤੱਕ ਵੈਲਿਡ ਆ ਇਹ 2024 ਤੱਕ ਵੈਲਿਡ ਆ ਬਹੁਤ 2 ਸਾਲ ਪਏ ਨੇ ਹੈਸ਼ ਆ ਅਤੇ ਚੱਕਰ ਇਹ ਪੈਂਦਾ ਬਈ ਇਹਦੇ 'ਚ ਮੇਨ ਹੁੰਦਾ ਐਕਸਪੀਰੀਅੰਸ ਦਾ ਚੱਕਰ ਹੁੰਦਾ ਗਾ ਹੁਣ ਡੇਟ ਮੇਰੀ ਇਹਨਾਂ ਨੇ ਉੱਧਣ ਦੀ ਪਾਈ ਹੈ ਜਦੋਂ ਮੈਂ ਲੈਂਡ ਹੋਇਆ ਸੀ ਮੈਂ 16 ਨੂੰ ਲੈਂਡ ਹੋਇਆ ਸੀਗਾ ਜਨਵਰੀ ਨੂੰ 20 ਤਰੀਕ ਪਾਤੀ ਪਤੰਦਰਾਂ ਨੇ ਹੁਣ ਉਹੀ ਆ ਵੀ ਜਦ ਮਰਜ਼ੀ ਬਣਾਓ ਇਹ ਤਾਂ ਨਹੀਂ ਸੀ ਵੀ ਹੁਣ ਵੀ ਜਿਹੜੇ 3-4 ਮਹੀਨੇ ਹੋ ਗਏ ਮੈਂ ਸੋਚੀ ਜਾਂਦਾ ਵੀ ਯਾਰ ਕਦੋਂ ਤੋਂ ਬਣਿਆ ਹੋਇਆ ਕਦੋਂ ਤੋਂ ਬਣਿਆ ਹੋਇਆ ਹੁਣ ਉਹ 3-4 ਮਹੀਨੇ ਵਧੀਆ ਐਕਸਪੀਰੀਅੰਸ 'ਚ ਪੈ ਜਾਣਗੇ ਮੇਰੇ ਸੋ ਇਹ ਸੀਗਾ ਫਿਰ ਅੱਜ ਦਾ ਬਲੌਗ ਹੁਣ ਆਪਾਂ ਚੱਲੀਏ ਘਰ ਨੂੰ ਭੁੱਖ ਬਹੁਤ ਲੱਗੀ ਪਈ ਮੇਰੇ ਵੀਰੋ ਕਦੇ ਭੁੱਖ ਲੱਗੀ ਪਈ ਹੈ ਵੀਕਐਂਡ ਖਰਾਬ ਨਹੀਂ ਕਰਨਾ ਜਾ ਕੇ ਚਿੱਲ ਮਾਰਦੇ ਮਸਤੀ ਕਰਦੇ ਗੇੜਾ ਗੇੜਾ ਦੇ ਕੇ ਆਉਣਾ ਕਿਤੇ ਓਕੇ ਲਓ ਯਾਰ ਫਿਰ ਅਗਲਾ ਬਲੌਗ ਆਪਾਂ ਲਿਆਵਾਂਗੇ ਸ਼ਾਇਦ ਸਕਿਉਰਟੀ 'ਤੇ